चोटी दा मेरे वीरो सिरे दी बाजी जानू बसियां बाउंसर ग्रुप वाले वीरां दा वड्डा धन्नवाद है। अज दे इस कबड्डी कप नूं जिहड़े लाइव कर रहे ने साडे कबड्डी 365 तों सेवक होणी हैप्पी होणी उहनां वीरां दा वी धन्नवाद। ਲਾ ਮੈਚ ਚੋਟੀ ਦਾ ਮੇਰੇ ਵੀਰੋ ਤਾਸਪੁਰੀਆ ਕਹਿੰਦੇ ਕੌਰਾ ਤਿਆਰ ਆ ਉਧਰੋਂ ਕਹਿੰਦੇ ਪਹਿਲੀ ਰੇਡ ਪਾਉਣ ਦੇ ਲਈ ਨੰਨੂ ਮੇਰੇ ਵੀਰੋ ਵਾਧਾ ਹੋਇਆ ਮੈਦਾਨ ਦੇ ਵਿੱਚ ਪੂਰੀ ਤਿਆਰੀ ਦੇ ਨਾਲ ਐਨ ਕਹਿੰਦੇ ਨੰਨੂ ਨੇ ਰੇਡ ਪਾ ਦਿੱਤੀ ਆ ਖੇਡ ਮੈਦਾਨ ਦੇ ਵਿੱਚ ਇੰਦਰਜੀਤ ਦਾ ਕਹਿੰਦੇ ਦੌਰ ਚੱਲਦਾ ਹੈ ਉਹ ਜ਼ਿਆਦਾ ਸਰਪੰਚ ਆਇਆ ਹੋਇਆ ਸੁਰਖਪੁਰ ਦੀ ਟੀਮ ਹੈ ਉਹ ਕਹਿੰਦੇ ਮੈਚ ਚੋਟੀ ਦਾ ਪਹਿਲੀ ਰੇਡ ਪਈ ਹੋਈ ਹੈ ਤੇ ਦੂਜੇ ਬੰਨੇ ਹੁੰਦੀ ਕਮਾਲ ਕਮਾਲ ਹੋਈ ਜਾਂਦੀ ਹੈ ਕਿ ਦੁਨੀਆ ਕਬੱਡੀ ਤੇ ਦਿਆਲ ਹੋਈ ਜਾਂਦੀ ਹੈ ਦੁਨੀਆ ਕਬੱਡੀ ਤੇ ਦਿਆਲ ਹੋਈ ਜਾਂਦੀ ਹੈ ਆ ਵੀ ਨੌਜਵਾਨਾਂ ਪਾ ਕਬੱਡੀ ਉਧਰੋਂ ਵੱਡਾ ਧੰਨਵਾਦ ਆ ਸਾਰੇ ਪ੍ਰਬੰਧਕਾਂ ਨੂੰ ਵੱਡੀ ਮੁਬਾਰਕਬਾਦ ਆ ਮਾਨਾ ਰੂਮੀ ਜੀ ਕੈਨੇਡਾ ਦੀ ਜੰਗ ਕਬੱਡੀ ਕਲੱਬ ਦੇ ਮੇਨ ਆਰਗੇਨਾਈਜ਼ਰਾਂ ਦੇ ਵਿੱਚੋਂ ਇੱਕ ਨੇ ਅਮਰਤਾ ਕਹਿੰਦੇ ਸੀਹਾਂ ਦੌਲਤ ਵਾਲੇ ਉਹ ਸੀਹਾਂ ਦੌਲਤ ਵਾਲਾ ਕਹਿੰਦੇ ਨਾ ਦੱਸ ਪੁੱਤਰ ਇੱਕ ਤਗੜਾ ਪੁਆਇੰਟ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਉਧਰ ਅਮਨ ਆਂਸਰਾ ਤੇ ਅਵਤਾਰ ਆਂਸਰਾ ਕੈਨੇਡਾ ਵਾਲੇ ਕਹਿੰਦੇ ਆ ਵੀ ਇੰਦਰਜੀਤ ਕਾਂਸੀਆਂ ਵਾਲਾ ਜਿੰਨੇ ਵੀ ਜਫੇ ਲਾਵੇਗਾ ਹਰ ਇੱਕ ਜਫਾ ਇੱਕ ਸਾਧ ਆਵੇਗਾ ਉਧਰ ਸਮਰਾ ਸਾਡਾ ਵੀਰ ਚਚਰਾੜੀ ਵਾਲਾ ਜਿੰਨੇ ਵੀ ਭੂਰੀ ਪੁਆਇੰਟ ਹਾਸਲ ਕਰਨਾ 200 ਰੁਪਏ ਦੇ ਮਾਨ ਸਨਮਾਨ ਹੋਣੇ ਹੈ ਉਹ ਫਤਿਹਗੜ੍ਹ ਛੰਨਾ ਵਾਲਾ ਠੀਕ ਹੈ ਜੀ 1000 ਦਾ ਪ੍ਰਬੰਧ ਹੈ ਕਹਿੰਦੇ ਕੋਈ ਰੁਪਈਆ ਘੱਟ ਨਹੀਂ ਲੱਗਣਾ ਤੇ ਇੱਕ ਵਾਰੀ ਪੂਰੀ ਲਈ ਤਾੜੀਆਂ ਮਾਰ ਦਿਓ ਉਹ ਪੈਂਦੀ ਰੇੜ ਤੇ ਵਿਦੇਸ਼ਿਆਂ ਵਾਲਾ ਕਰਦਾ ਹੋਇਆ ਗੱਲ ਮੇਰੇ ਵੀ ਉਹ ਨੂਰਪੁਰੀਆ ਕਹਿੰਦੇ ਬਚੀ ਕਬੱਡੀ ਮਾਰਿਆ ਸਤਨਾਮ ਤਿਆਰ ਆ ਸੁਰਖਪੁਰੀਆ ਖਾਲਸਾ ਤਿਆਰ ਆ ਇੰਦਰਜੀਤ ਕਲਸੀਆਂ ਦਾ ਨਾਂ ਚੱਲਦਾ ਜਾਦੇ ਸਰਪੰਚ ਦੀ ਕਹਿੰਦੇ ਚੜਾਈ ਆ ਉਹ ਜਸਵਿੰਦਰ ਸ਼ੋਕਰ ਹੋਣੀ ਕੈਨੇਡਾ ਤੋਂ ਮਾਣ ਕਰਦੇ ਨੇ ਲਾਲੀ ਢੇਸੀ ਹੋਣੀ ਉਹ ਇੰਦਰਜੀਤ ਸੱਚੀ ਬੋਲੀ ਬੋਲਦਾ ਵੀ ਪੁਆਇੰਟ ਜਿਹੜਾ ਬਚੀ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਖੀਰਾ ਵਾਲੀ ਦੇ ਭੱਜੀ ਦੇ ਪਿੰਡ ਦਾ ਗੱਗੀ ਦੇ ਪਿੰਡ ਦਾ ਇਹ ਆ ਕਹਿੰਦੇ ਬੁਲਟ ਖੀਰਾ ਵਾਲੀ ਦੀ ਧਰਤੀ ਦਾ ਉਹ ਰੇਡ ਪਾ ਰਿਹਾ ਲੈ ਵੀ ਕੌਰਿਆ ਕਰਦੇ ਗੱਲ ਵੱਖਰੀ ਲੈ ਵੀ ਵਿੱਕੀ ਮੱਲੇ ਵਾਲਿਆ ਕਰਦੇ ਸਿਫਤ ਮੁੰਡੇ ਦੀ ਉਹ ਸਾਹਮਣੇ ਕਿ ਰੇਡਾ ਭਾਵੇਂ ਲੱਖ ਪੈਂਦੀ ਆ ਪਰ ਗੱਲ ਜਫਿਆਂ ਤੇ ਮੁੱਕਦੀ ਹੈ ਉਹ ਤੁਕ 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 ਉਹ ਤੁਕ 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 ਉਹ ਇੱਕ ਤਗੜਾ ਪੁਆਇੰਟ ਜੋੜਦਾ ਹੋਇਆ ਲਓ ਖੇਡ ਮੈਦਾਨ ਦੇ ਵਿੱਚ ਇਹ ਜਾਂਦਾ ਜੱਫਾ ਲਾਉਂਦਾ ਹੈ ਤਿੰਨ ਜੱਫੇ ਸੁੱਖੀ ਬੈਰੀਨ ਤੇ ਰਾਜੂ ਵਿੰਜਲ ਤੇ ਗੋਰੇ ਹੋਣਾ ਵੱਲੇ ਉਹ 1000 ਰੁਪਇਆ ਆਵੇਗਾ ਲਓ ਸਾਹਮਣੇ ਕਹਿੰਦੇ ਨਾਥ ਦਾ ਸਪੁੱਤਰ ਔਰ ਰੇੜ ਪਾਉਣ ਲਈ ਵਾਧਾ ਹੋਇਆ ਖੇਡ ਮੈਦਾਨ ਦੇ ਵਿੱਚ ਆਓ ਅਮਰਤਾ ਕਹਿੰਦੇ ਸੀਹਾਂ ਦੌਦ ਵਾਲਾ ਮੇਰੇ ਵੀਰਿਓ ਉਧਰੋਂ ਬਾਈ ਮਾਨਾ ਰੂਮੀ ਜੀ ਕਹਿੰਦੇ ਸਾਡੇ ਸੀਨੀਅਰ ਕੋਚ ਨੇ ਬਾਈ ਭਗਵਾਨ ਸਿੰਘ ਜੀ ਵੀ ਉਚੇਚੇ ਤੌਰ ਦੇ ਉੱਤੇ ਪੁੱਜੇ ਹੋਏ ਨੇ ਆ ਕਹਿੰਦੇ ਮੋਟਰਸਾਈਕਲਾਂ ਦਾ ਬੁਲਟਾਂ ਦਾ ਗੱਡੀਆਂ ਦਾ ਜੇਤੂ ਆ ਪੂਰੀ ਫਤਿਹਗੜ੍ਹ ਛੰਨਾ ਵਾਲਾ ਜ਼ਿਲ੍ਹੇ ਬਰਨਾਲੇ ਦੀ ਧਰਤੀ ਹੈ ਬੱਬੂ ਕਲੇਰ ਖੁਣੀ ਜੱਟਪੁਰੇ ਵਾਲਾ ਕਹਿੰਦੇ ਆਹ ਕਹਿੰਦੇ ਮਾਣ ਕਰਦਾ ਨਾ ਵੇਖਾਂਗੇ ਇਧਰੋਂ ਹੁੰਦੀ ਕਮਾਲ ਤੇ ਕੌੜਾ 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 ਤਾਸ਼ਪੁਰੀਆ ਕੌਰਾ ਉਹ ਬੱਲੇ ਬੱਲੇ ਕਰਾ ਗਿਆ ਜੱਫਾ ਲਾ ਗਿਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਨੰਨੂ ਨੌਜਵਾਨ ਵਾਧਾ ਹੋਇਆ ਮੈਦਾਨ ਦੇ ਵਿੱਚ ਬਚੀ ਐਨ ਮੈਚ ਚੋਟੀ ਦਾ ਕਦੇ ਨੰਨੂ ਰੇਡਾ ਪਾਵਾ ਕਦੇ ਬਚੀ ਤੇ ਕਦੇ ਅੰਮ੍ਰਿਤ ਇੱਕੋ ਜਿਹੇ ਸਰੀਰ ਨੇ ਸਾਰੇ ਖਿਡਾਰੀਆਂ ਦੇ ਐਨ ਕਹਿੰਦੇ ਮੈਚ ਚੋਟੀ ਦਾ ਲੈ ਵੀ ਵਿੱਕੀ ਅਗਲੀਆਂ ਟੀਮਾਂ ਅੰਮ੍ਰਿਤ ਚੀਮਾ ਜੀ ਜ਼ਰੂਰ ਦੱਸਣਗੇ ਬਾਅਦ ਬਾਤ ਮੀਨੀਆਂ ਤੇ ਕਹਿੰਦੇ ਨੱਥੋਵਾਲ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਵੇਗਾ ਮੀਨੀਆਂ ਤੇ ਨੱਥੋਵਾਲ ਦੀਆਂ ਟੀਮਾਂ ਜਲਦੀ ਤੋਂ ਪਹਿਲਾਂ ਖੇਡ ਮੈਦਾਨ ਦੇ ਵਿੱਚ ਆ ਜਾਣ ਮੀਨੀਆਂ ਤੇ ਨੱਥੋਵਾਲ ਦੀਆਂ ਟੀਮਾਂ ਉਧਰ ਅਮਨ ਆਂਸਰਾ ਤੇ ਅਵਤਾਰ ਕੈਨੇਡਾ ਵੱਲੋਂ ਇੰਦਰਜੀਤ ਦਾ ਹਰ ਇੱਕ ਜੱਫਾ 1000 ਰੁਪਇਆ ਹੋਵੇਗਾ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਹ ਖੀਰਾ ਆ ਰਹੀ ਹੈ ਕਹਿੰਦੇ ਬੁਲਟ ਉਹ ਬਾਗੜੀਆਂ ਦੀ ਕਹਿੰਦੇ ਚੈਂਪੀਅਨਸ਼ਿਪ ਦਾ ਇਹ ਬੈਸਟ ਰੇਡਰ ਐਲਾਨਿਆ ਗਿਆ ਉਹ ਖੀਰਾ ਵਾਲੀਆ ਉਹ ਖੀਰਾ ਵਾਲੀਆ ਇਹ ਕਹਿੰਦੇ ਬੁਲਟ ਹੈ ਉਹ ਅੱਜ ਕੱਲ ਮੁੰਡੇ ਦੀ ਬੜੀ ਚੜ੍ਹਾਈ ਹੈ ਉਹ ਅੰਮ੍ਰਿਤ ਦੀ ਰੇਡ ਕਹਿੰਦੇ ਝਾਤੇ ਦੇ ਤਿੰਨ ਜੱਫਿਆਂ ਦੇ ਉੱਤੇ ਰਾਜੂ ਬਿੰਜਲ ਸੁੱਖੀ ਬਹਿਰੀਨ ਗੋਰਾ ਬਿੰਜਲ ਜੀ ਕਹਿੰਦੇ 1000 ਜਾਦੇ ਦੇ ਤਿੰਨ ਜੱਫਿਆਂ ਦਾ 1000 ਉਹ ਖਾਲਸਾ ਸੁਰਖਪੁਰੀਆ ਕਹਿੰਦੇ ਕੈਂਚੀ ਮਾਰਦਾ ਹੋਇਆ ਪਰ ਦੂਜੇ ਬੰਨੇ
ਸੀਹਾਂ ਦੌਦ ਪਿੰਡ ਆ ਕਹਿੰਦੇ ਨਾਥ ਦਾ ਪੁੱਤਰ ਅੰਮ੍ਰਿਤ ਮੇਰੇ ਵੀਰਿਓ ਇੱਕ ਤਕੜੇ ਪਾਣ ਦਾ ਵਾਅਦਾ ਕਰਦਾ ਆਇਆ ਭੂਰੀ ਆ ਗਿਆ ਕਿ ਪੱਟਾਂ ਦੇ ਨਾਲ ਪੱਟ ਨੇ ਖਾਵੇ ਡੌਲਿਆਂ ਨੂੰ ਇਹਦੇ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾਂ ਕਰ ਕਰ ਪੁੱਛਦੇ ਆ ਉਹ ਗਜ ਗਜ ਚੌੜੀਆਂ ਛਾਤੀਆਂ ਵਾਲੇ ਜਦੋਂ ਵਿੱਚ ਮੈਦਾਨੇ ਬੁੱਕਦੇ ਆ ਇਹ ਭੂਰੀ ਆ ਕਹਿੰਦੇ ਛੰਨਾ ਵਾਲਾ ਇੱਕ ਤਕੜੇ ਪਾਣ ਦਾ ਵਾਅਦਾ ਕਰਦਾ ਹੋਇਆ ਮੈਂ ਵੀ ਮੱਲੇ ਵਾਲਿਆ ਕਰਦੇ ਸਿਰਤ ਮੁੰਡੇ ਦੀ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਆਓ ਕਹਿੰਦੇ ਰੇਡ ਪਾਉਣ ਲਈ ਨਾਜਨ ਬਾਦ ਆਇਆ ਅਮਰਜੀਤ ਮਾਨਾ ਰੂਮੀ ਵਾਲਾ ਕਹਿੰਦਾ ਵੀ ਕਮੈਂਟਰੀ ਵਾਲੇ ਵੀ ਤਕੜੀ ਹੈ ਸਾਰੇ ਦਰਸ਼ਕਾਂ ਲਈਆਂ ਵੀ ਸੁਣਨੀਆਂ ਪੈਣੀਆਂ ਆਓ ਕਹਿੰਦੇ ਸਾਡੀ ਵੀ ਜਾਬ ਥੋੜੀ ਜਿਹੀ ਔਖੀ ਹੈ ਲਓ ਸਾਹਮਣੇ ਆਓ ਕਾਂਸੀਆਂ ਵਾਲਾ ਇੰਦਰਜੀਤ ਨਹੀਂ ਡੱਕ ਸਕਿਆ ਪਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਆਇਆ ਮੀਨੀਆਂ ਤੇ ਨੱਥੋਵਾਲ ਦੀਆਂ ਟੀਮਾਂ ਵੀ ਜਲਦੀ ਦੇ ਨਾਲ ਪਹਿਲਾਂ ਆ ਜਾਣ ਕਿ ਬੜਕ ਬਗਾਨੀ ਉੱਤੇ ਬੁੱਕ ਦੇ ਸ਼ੇਰ ਨਹੀਂ ਹੁੰਦੇ ਉਹ ਸੁੱਖੀ ਲੋਪੋ ਸਾਰੇ ਮਰਦ ਦਲੇਰ ਨਹੀਂ ਹੁੰਦੇ ਉਹ ਡੱਡ ਮਾਰਦੀ ਜਦ ਬਗਲੇ ਮੂਹਰੇ ਨਖਰੇ ਕਰਦੀ ਆ ਉਹ ਸਬਰ ਨਿਮਰਤਾ ਬੰਦੇ ਚ ਜ਼ਰੂਰੀ ਚਾਹੀਦੀ ਤੇ ਇੱਕ ਵਾਰੀ ਗੁੱਡੀ ਵੀਰੇ ਸਭ ਦੀ ਚੜਦੀ ਆ ਉਹ ਇੱਕ ਵਾਰੀ ਗੁੱਡੀ ਵੀਰੇ ਸਭ ਦੀ ਚੜਦੀ ਆ ਤਾਸ਼ਪੁਰੀਆ ਕੌਰਾ ਆ ਮਾਨਾ ਰੂਮੀ ਜੀ ਦੇਖੋਗੇ ਨਾ ਕੌਰੇ ਦਾ ਜਫਾ ਬੁਲਟ ਨੂੰ ਜਫਾ ਲਾ ਗਿਆ ਕਹਿੰਦੇ ਕੌਰਾ ਉਹ ਆਉਂਦਾ ਸਵਾਦ ਕਮਾਲਪੁਰੇ ਵਾਲਿਓ ਨਜ਼ਾਰਾ ਵੱਖਰਾ ਨਜ਼ਾਰਾ ਵੱਖਰਾ ਆ ਮੇਲਾ ਕਮਾਲਪੁਰੇ ਚੱਲਦਾ ਚਾ ਜਾ ਚੜਦਾ ਇੰਦਰਜੀਤ ਪਰ ਕਹਿੰਦੇ ਨਾਥ ਦਾ ਪੁੱਤਰ ਹੈ ਸਿੱਖ ਅਦਾਲਤ ਵਾਲੇ ਕਾਕੇ ਦਾ ਚੇਲਾ ਅੱਜ ਕਹਿੰਦੇ ਕਮਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਚੋਟੀ ਦਾ ਮੈਚ ਭੂਰੀ ਵੀਰੇ ਆਓ ਦੇਖਾਂਗੇ ਸਾਹਮਣੇ ਆਓ ਕਹਿੰਦੇ ਸਿੰਗੋਜਲਾ ਪਿੰਡ ਹੈ ਜੋਵੇ ਦਾ ਅੱਜ ਕਮਾਲਪੁਰੇ ਦੀ ਧਰਤੀ ਵੱਡਾ ਮੇਲਾ ਆਓ ਦੁਨੀਆਂ ਦੇ ਸਾਹਮਣੇ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਕੱਠ ਵੱਡਾ ਜਿੱਤਣਾ ਕਿਵੇਂ ਆ ਕੋਈ ਪਤਾ ਨੀ ਕਿਉਂਕਿ ਕਮਾਲਪੁਰੇ ਦੇ ਵਿੱਚ ਹਰ ਸਾਲ ਉਹ ਹੁੰਦਾ ਜਿਹਨੂੰ ਲੋਕ ਸਿਰਾ ਕਹਿੰਦੇ ਆ ਇੰਦਰਜੀਤ ਵਰਗੇ ਮੁੰਡੇ ਕਹਿੰਦੇ ਯਾਬੇ ਵਰਗੇ ਆਓ ਸੁਰਖਪੁਰੀਆ ਕਹਿੰਦੇ ਸਰਪੰਚਾਂ ਦਾ ਮੁੰਡਾ ਟਰਾਈ ਕਰਨਾ ਹੋਇਆ ਸੱਜੇ ਖੱਬੇ ਉੱਤੇ ਥੱਲੇ ਉਹ ਲੱਗਦਾ ਜੋਰ ਸਰਪੰਚਾ ਵੀ ਆਹ ਹੀ ਕੰਮ ਰਿਹਾ ਤੇ ਸਾਰੇ ਰਾਹ ਦਵਿੰਦਰ ਖੋਨੂਰ ਸੁਣਦਿਆਂ ਨੇ ਜਾਣਾ ਰੇਡ ਪੈ ਗਈ ਬਾਡੇ ਬਾਈ ਰੇਡ ਪੈ ਗਈ ਬੁਲਟ ਆ ਗਿਆ ਖੀਰਾ ਵਾਲੀ ਦੀ ਧਰਤੀ ਦਾ ਐਂਡ ਭਜੀ ਹੁਣਾਂ ਨੇ ਬੜੀ ਤਕੜੀ ਕਬੱਡੀ ਖੇਡੀ ਆ ਗੱਗੀ ਦਾ ਪੇਂਡੂ ਆ ਜ਼ਿਲ੍ਹਾ ਕਪੂਰਥਲਾ ਦੀ ਧਰਤੀ ਆ ਖੀਰਾ ਵਾਲੀ ਦੀ ਧਰਤੀ ਹੁਣ ਦੇਖਾਂਗੇ ਕੌਣ ਲੈ ਵੀ ਜੋਧਿਆ ਸੰਗੋਜਲੇ ਵਾਲਿਆ ਉਹ ਮੁੱਲ ਅੱਜ ਪੈਣਾ ਤਾਰਨਾ ਮੀਕਾ ਪੁੱਜ ਗਿਆ ਉਹ ਖੋਸੇ ਕੋਟਲੇ ਵਾਲਾ ਅਮਰੀਕ ਵੀ ਪੁੱਜ ਗਿਆ ਉਹ ਦੇਖੀ ਜਾਂਦੀ ਆ ਇਹਨੂੰ ਦੁਨੀਆ ਕਹਿੰਦੀ ਮੇਲਾ ਬਣ ਗਿਆ ਨਹੀਂ ਉੜੀਸਾ ਕਮਾਲਪੁਰੇ ਵਾਲੇ ਦੁੱਖ ਟੁੱਟ ਗਿਆ ਉਹ ਦੁੱਖ ਟੁੱਟ ਗਿਆ ਅਗਲੀ ਕਬੱਡੀ ਕਹਿੰਦੇ ਨਾਥ ਦਾ ਪੁੱਤਰ ਲੈ ਵੀ ਸਤਨਾਮ ਲੈ ਵੀ ਸਰਪੰਚ ਉਹ ਗੱਲਾਂ ਚੱਲਣਗੀਆਂ ਤੇ ਲੱਗਣਗੀਆਂ ਟਿਕਾਣੇ ਜੱਗੇ ਹੁਣਾਂ ਨੂੰ ਕਹਿੰਦੇ ਮੁਬਾਰਕਬਾਦ ਵੱਡੀ ਆ ਵੱਡੇ ਕੱਪ ਦੀ ਮੁਬਾਰਕਬਾਦ ਵੱਡੀ ਅੰਮ੍ਰਿਤ ਦੀ ਰੇਤ ਤੇ ਜਾਦਾ ਸਰਪੰਚ ਉਹ ਆਇਆ ਸਵਾਦ ਕਮਾਲਪੁਰੇ ਵਾਲਿਓ ਲੈ ਵੀ ਅਮਰੀਕ ਭੂਰੀ ਆ ਗਿਆ ਆਓ ਸਾਹਮਣੇ ਰੇਡ ਪੈ ਗਈ ਹੈ ਜਦੋਂ ਯਾਦੇ ਨੇ ਫੜਿਆ ਨਾ ਉਦੋਂ ਰੇਡਰ ਇੰਦਰਪਾਲ ਬਾਈ ਭੱਜ ਕੇ ਨੰਬਰਾਂ ਵਾਲੇ ਬਾਈ ਕੋਲੇ ਆ ਗਿਆ ਉਹ ਬਹਿ ਕੇ ਖਿੱਚ ਹੁੰਦੀ ਹੈ ਚੋਟੀ ਦਾ ਮੇਲਾ ਕੱਠ ਵੱਡਾ ਇੰਬਰ ਕਹਿੰਦੇ ਪਾਸ਼ਪੁਰ ਪਿੰਡ ਲੋਹੀਆਂ ਦੇ ਨੇੜੇ ਹੈ ਇਹਨੂੰ ਲੋਕੀ ਕੌੜਾ ਕਹਿੰਦੇ ਆ ਪਰ ਭੂਰੀ ਨੇ ਕਹਿੰਦੇ ਉਹ ਦੇਣਾ ਮੁੰਡੇ ਦੇ ਉਹ ਭੂਰੀ ਦਾ ਟਾਈਮ ਚੱਲਦਾ ਰੇਡ ਪੈ ਗਈ ਰੇਡ ਪੈ ਗਈ ਕਹਿੰਦੇ ਲਵੀ ਉਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੈਦਾਨ ਦੇ ਵਿੱਚ ਲਵੀ ਸਤਨਾਮ ਲਵੀ ਜਾਦਿਆ ਇੰਦਰਜੀਤ ਉਹ ਮੇਲਾ ਇਲਾਕੇ ਦਾ ਖੇਡਾਂ ਕਮਾਲਪੁਰੇ ਦੀਆਂ ਕੁੱਲ ਦੁਨੀਆਂ ਦੇ ਵਿੱਚ ਪ੍ਰਸਿੱਧੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੀ ਸੋਹ ਪ੍ਰਾਪਤ ਧਰਤੀ ਹੈ ਇੰਦਰਜੀਤ ਕਹਿੰਦੇ ਜੱਫਾ ਲਾ ਗਿਆ ਜੰਗ ਕਬੱਡੀ ਕਲੱਬ ਟੋਰਾਂਟੋ ਵਾਲੇ ਰੈਂਬੋ ਸਿੱਧੂ ਜੀ ਕਹਿੰਦੇ ਵੀ 13 ਫਰਵਰੀ
ਤੇ ਨਾਲ ਸਾਡੇ ਅਮਨ ਹੰਸਰਾ 1000 ਇੰਦਰਜੀਤ ਦੇ ਲਈ ਪੁੱਜਦਾ ਹੋਇਆ ਵੱਡੇ ਪਿਆਰ ਜਿਹੜੇ ਪੁੱਜਦੇ ਹੋਏ ਨੇ ਜਿੰਨੇ ਜੱਫੇ ਓਨੇ ਹੀ ਹਜ਼ਾਰ ਹਜ਼ਾਰ ਲੱਗਣਗੇ ਮੈਂ ਵੀ ਜੱਗੇ ਬਈ ਇੱਥੇ ਰੱਖ ਲਾ ਉਹ ਮੇਲਾ ਕਹਿੰਦੇ ਕਮਾਲਪੁਰੇ ਚੱਲਦਾ ਆ ਲੋਹੀਆਂ ਦੇ ਇਲਾਕੇ ਦਾ ਕਹਿੰਦੇ ਕੌੜਾ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਕਾਪੀ ਤੇ ਭਿਆਨ ਮਾਰੀਏ ਤੇ ਧੜਕਣਾ ਬਾਬੀਆਂ ਨੇ ਉਹ ਕਾਪੀ ਤੇ ਭਿਆਨ ਮਾਰੀਏ ਤੇ ਧੜਕਣਾ ਬਾਬੀਆਂ ਨੇ ਮੇਰੇ ਮਿੱਤਰੋ ਇੰਦਰਜੀਤ ਉਹ ਚੁੜੀਆਂ ਬਾਲਾ ਪਿਆਰ ਕਰਦੀ ਆ ਲੋਕੀ ਕਹਿੰਦੇ 3 ਤਰੀਕ ਨੂੰ ਵਰਜਣ ਦੇਣੇ ਪਰ ਨੰਬਰ ਰੇਡਰ ਦਾ ਉਹ ਅਗਲੀ ਕਬੱਡੀ ਬੁਲਟ ਆ ਗਿਆ ਖੀਰਾ ਮਾਲੀ ਦੀ ਧਰਤੀ ਦਾ ਬੁਲਟ ਉਧਰੋਂ ਦੇਖਾਂਗੇ ਵੀ ਜੋਧਾ ਸੰਗੋਜਲੇ ਵਾਲਾ ਤਿਆਰ ਹੈ ਨਾਲ ਖਾਲਸਾ ਤਿਆਰ ਹੈ ਨਾਲ ਕਹਿੰਦੇ ਤਾਸ਼ਪੁਰੀਆ ਕੌੜਾ ਤਿਆਰ ਹੈ ਲੋਹੀਆਂ ਦੇ ਇਲਾਕੇ ਤੋਂ ਕਹਿੰਦੇ ਟੀਮ ਆਈ ਹੈ ਦਬਾਬੇ ਤੋਂ ਹੁਣ ਦੇਖਾਂਗੇ ਉਹ ਸੰਗੋਜਲੇ ਵਾਲਾ ਭੰਗੜਾ ਪੈਂਦਾ ਉਹ ਕਈਆਂ ਨੇ ਕਈਆਂ ਦਾ ਭੰਗੜਾ ਪਵਾਤਾ ਇਹਦਾ ਸੰਗੋਜਲਾ ਪਿੰਡ ਹੈ ਸੁਰਖਪੁਰ ਦੇ ਨੇੜੇ ਇਹਦਾ ਜੋਧਾ ਨਾਮ ਹੈ ਮੇਰੇ ਮਿੱਤਰੋ ਇੰਦਰਜੀਤ ਉਹ ਪਾਣੀ ਸਿਰ ਤੋਂ ਲੰਘਦਾ ਇੱਧਰ ਪੱਲੇ ਪਲੂ ਕਮਾਲਪੁਰੇ ਦੁਨੀਆ ਨੱਚੀ ਜਾਂਦੀ ਹੈ ਲੋਕੀ ਕਹਿੰਦੇ ਕੀ ਹੁੰਦਾ ਕਮਾਲਪੁਰੇ ਲੋਕੀ ਕਹਿੰਦੇ ਤਸੱਲੀ ਸਿਰਾ ਐਂਡੋ ਅੱਤ ਉਹ ਕਮਾਲਪੁਰੇ ਦੇ ਵਿੱਚ ਹੁੰਦੀ ਹੈ ਮੇਰੇ ਮਿੱਤਰੋ ਇਹ ਪਰ ਕਹਿੰਦੇ ਭੂਰੀ ਕਬੱਡੀ ਪਾ ਰਿਹਾ ਹੈ ਉਹ ਚਾਰਾਂ ਦੇ ਵਿੱਚੋਂ ਉਹ ਜੋਧਾ ਸੰਗੋਜਲੇ ਵਾਲਾ ਉਹ ਕਪੂਰਥਲੀਆ ਤੇ ਬਰਨਾਲੇ ਵਾਲਾ ਨੰਬਰ ਰੇਡਰ ਦਾ ਰੇਡ ਪੈ ਗਈ ਆਹ ਅਮਰਤਾ ਕਹਿੰਦੇ ਸਿਹਾਂ ਦੌਰ ਦੀ ਧਰਤੀ ਦਾ ਨਾਥ ਦਾ ਪੁੱਤਰ ਕਿਰਪਾਲ ਘੋਲ ਹੋਣਾ ਨੇ ਜਗਦੇਵ ਹੋਣਾ ਨੇ ਭਿੰਦਰ ਹੋਣਾ ਨੇ ਬੜੀ ਤਕੜੀ ਕਬੱਡੀ ਖੇਡੀ ਹੈ ਗੱਲਾਂ ਸੋਨੀ ਹੋਣਾ ਦੀਆਂ ਅਭਿਜੀਤ ਪਾਲ ਭਾਉ ਹੋਣਾ ਦੀਆਂ ਸਤਪਾਲ ਹੋਣਾ ਦੀਆਂ ਪਰ ਇੰਦਰਜੀਤ ਆਹ ਦੂਜੇ ਬੰਨੇ ਇੰਦਰਜੀਤ ਆਹ ਕਹਿੰਦੇ ਕਮਾਲਪੁਰੇ ਰੁਮਾਲ ਘੁੰਮ ਗਏ ਓਏ ਹਾਲੇ ਤੇ ਕਈ ਕੁਝ ਹੋਣਾ ਹਾਲੇ ਤੇ ਕਈ ਕੁਝ ਹੋਣਾ ਇਹ ਪਰ ਕਹਿੰਦੇ ਭੂਰੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਹ ਜਿੱਤਣਾ ਕਿਵੇਂ ਆ ਕੋਈ ਪਤਾ ਨੀ ਇਹ ਪਰ ਭੂਰੀ ਬਰਨਾਲੇ ਵਾਲਾ ਕਬੱਡੀ ਪਾ ਰਿਹਾ ਉਹ ਤਾਸ਼ਪੁਰੀਏ ਨੇ ਕਹਿੰਦੇ ਭੂਰੀ ਭਜਾਪਾ ਮੇਰੇ ਮਿੱਤਰੋ ਓ ਬਾਈ ਅੱਤੇ ਪੇ ਬਾਬਾ ਜੀ ਅੱਤੇ ਪੇ ਪਤਾ ਮੈਨੂੰ ਵੀ ਪਰ ਤੁਸੀਂ ਦੱਸੋਗੇ ਬਾਹਲਾ ਸਵਾਦ ਆਉਣਾ ਬੱਬੂ ਖੰਨਾ ਜੀ ਮੇਰੇ ਵਾਲੇ ਮੈਕ ਦੇ ਉੱਤੇ ਆ ਜਾਣ ਬਾਈ ਬੱਬੂ ਓ ਬਾਈ ਤਾਸ਼ਪੁਰ ਦੇ ਨੰਬਰ ਨੇ 14 ਤੇ ਸੁਰਖਪੁਰ ਦੇ 14.5 ਦੁੱਖ ਟੁੱਟ ਗਏ ਅੱਧੇ ਨੇ ਸਵਾਦ ਖੇਡ ਕਬੱਡੀ ਦਾ ਅਵਤਾਰ ਹੰਸਰਾ ਤੇ ਅਮਨ ਹੰਸਰਾ ਵੀਰ ਨੇ 1000 ਭੂਰੀ ਦੇ ਲਈ ਪੁੱਜਦਾ ਕਰ ਰਿਹਾ ਅਵਤਾਰ